ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਡਨੀ ਦੇ ਕੁਡੋਸ ਬੈਂਕ ਅਰੀਨਾ ਵਿੱਚ ਆਯੋਜਿਤ ਇੱਕ ਕਮਿਊਨਿਟੀ ਇਵੈਂਟ ਵਿੱਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨਿਸ ਵੀ ਮੌਜੂਦ ਸਨ। ਇੱਥੇ ਪ੍ਰਧਾਨ ਮੰਤਰੀ ਮੋਦੀ ਦਾ ਰਵਾਇਤੀ ਤਰੀਕੇ ਨਾਲ ਸਵਾਗਤ ਕੀਤਾ ਗਿਆ। ਜਦੋਂ ਪੀਐਮ ਮੋਦੀ ਮੰਚ ਤੇ ਆਏ ਤਾਂ ਉੱਥੇ ਮੌਜੂਦ ਲੋਕਾਂ ਨੇ ਉਨ੍ਹਾਂ ਦਾ ਗਰਮ ਜੋਸ਼ ਨਾਲ ਸਵਾਗਤ ਕੀਤਾ। ਪੂਰਾ ਸਟੇਡੀਅਮ ਮੋਦੀ ਮੋਦੀ ਦੇ ਨਾਮ ਦੇ ਨਾਲ ਗੂੰਜ ਉਠਿਆ। ਪ੍ਰਧਾਨ ਮੰਤਰੀ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨਿਸ ਨੇ ਸਿਡਨੀ ਦੇ ਇੱਕ ਕਮਿਊਨਿਟੀ ਸਮਾਗਮ ਦੇ ਵਿੱਚ 这。<noise> ਲਿਟਲ ਇੰਡੀਆ ਗੇਟਵੇ ਦਾ ਨੀ ਪੱਤਰ ਰੱਖਿਆ ਪੀਐਮ ਔਦੀਨ ਨੇ ਸੰਬੋਧਨ ਦੀ ਸ਼ੁਰੂਆਤ ਨਮਸਤੇ ਆਸਟ੍ਰੇਲੀਆ ਦੇ ਸੰਬੋਧਨ ਨਾਲ ਕੀਤੀ ਪੀਐਮ ਔਦੀਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਦੋਂ ਮੈਂ 2014 ਵਿੱਚ ਆਇਆ ਸੀ ਮੈਂ ਤੁਹਾਡੇ ਨਾਲ ਵਾਦਾ ਕੀਤਾ ਸੀ ਕਿ ਤੁਹਾਨੂੰ 28 ਸਾਲਾਂ ਤੱਕ ਭਾਰਤ ਦੇ ਕਿਸੇ ਹੋਰ ਪ੍ਰਧਾਨ ਮੰਤਰੀ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ ਅੱਜ ਸਿਡਨੀ ਵਿੱਚ ਇਸ ਅਖਾੜੇ ਵਿੱਚ ਮੈਂ ਫਿਰ ਇੱਥੇ ਹਾਂ ਅਤੇ ਮੈਂ ਇਕੱਲਾ ਨਹੀਂ ਆਇਆ ਪ੍ਰਧਾਨ ਮੰਤਰੀ ਅਲਬਾਨ ਇਸ ਵੀ ਮੇਰੇ ਨਾਲ ਆਏ ਨੇ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਇਸ ਸਮਾਸੀ ਜਦੋਂ ਕਿ ਆ ਜਾਂਦਾ ਸੀ ਭਾਰਤ ਤੇ ਆਸਟ੍ਰੇਲੀਆ ਦੇ ਤੇ 3C ਯਾਨੀ ਰਾਸ਼ਟ੍ਰਮੰਡਲ ਕ੍ਰਿਕਟ ਕਰੀ ਤੇ ਆਧਾਰਿਤ ਨੇ ਉਸ ਤੋਂ ਬਾਅਦ ਕਿਹਾ ਗਿਆ ਕਿ ਭਾਰਤ ਤੇ ਆਸਟ੍ਰੇਲੀਆ ਰਿਸ਼ਤੇ 3G ਯਾਨੀ ਕਿ ਲੋਕਤੰਤਰ ਡਾਇਸਪੋਰਾ ਦੋਸਤੀ ਤੇ ਆਧਾਰਿਤ ਨੇ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਭਾਰਤ ਤੇ ਆਸਟ੍ਰੇਲੀਆ ਦਾ ਰਿਸ਼ਤਾ 3E ਯਾਨੀ ਕਿ ਉਜਰ ਆਰਥਿਕਤਾ ਸਿੱਖਿਆ ਤੇ ਆਧਾਰਿਤ ਹੈ ਇਹ ਵਕਫ ਵਕ ਸਮੇਂ ਵਿੱਚ ਸੱਚ ਹੋ ਸਕਦਾ ਪਰ ਭਾਰਤ ਆਸਟ੍ਰੇਲੀਆ ਦੇ ਇਤਿਹਾਸਕ ਸੰਬੰਧਾਂ ਦਾ ਵਿਸਤਾਰ ਬਹੁਤ ਵੱਡਾ ਹੈ ਇਹਨਾਂ ਸੰਬੰਧਾਂ ਦਾ ਆਧਾਰ ਆਪਸੀ ਵਿਸ਼ਵਾਸ ਅਤੇ ਆਪਸੀ ਸਤਿਕਾਰ ਹੈ ਮੋਦੀ ਨੇ ਕਿਹਾ ਕਿ ਮੈਨੂੰ ਇਹ ਜਾਣ ਕੇ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਸਾਰਿਆਂ ਨੇ ਵੀ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਨੂੰ ਬਹੁਤ ਹੀ ਧੂਮ-ਤਾਮ ਦੇ ਨਾਲ ਮਨਾਇਆ ਹੈ ਸਾਡੇ ਕ੍ਰਿਕਟ ਰਿਸ਼ਤੇ ਨੂੰ 75 ਸਾਲ ਪੂਰੇ ਹੋ ਗਏ ਨੇ ਕ੍ਰਿਕਟ ਦੇ ਮੈਦਾਨ ਤੇ ਜਿੰਨਾ ਦਿਲਚਸਪ ਮੁਕਾਬਲਾ ਹੁੰਦਾ ਹੈ ਉਹ ਨਹੀਂ ਸਾਡੇ ਮੈਦਾਨ ਤੋਂ ਬਾਹਰ ਵੀ ਦੋਸਤੀ ਬਹੁਤ ਡੂੰਗੀ ਹੈ ਉਹਨਾਂ ਨੇ ਕਿਹਾ ਕਿ ਭਾਰਤ ਕੋਲ ਸਮਰੱਥਾ ਦੀ ਕਮੀ ਨਹੀਂ ਹੈ ਭਾਰਤ ਕੋਲ ਵੀ ਸਾਧਨਾਂ ਦੀ ਕਮੀ ਨਹੀਂ ਹੈ ਅੱਜ ਦੁਨੀਆ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਛੋਟੀ ਪ੍ਰਤਿਭਾ ਦੀ ਫੈਕਟਰੀ ਭਾਰਤ ਵਿੱਚ ਹੈ ਜਦੋਂ ਪਿਛਲੇ ਸਾਲ ਮਹਾਨ ਕ੍ਰਿਕਟਰ ਸ਼ੇਨ ਵਾ ਹਰੰਦਾ ਦੇ ਹहांत ਹੋ ਗਿਆ ਸੀ ਤਾਂ ਆਸਟ੍ਰੇਲੀਆ ਦੇ ਕਰੋੜਾਂ ਭਾਰਤੀਆਂ ਨੇ ਵਿਸ਼ੋਕ ਮਨਾਇਆ ਸੀ ਅਸੀਂ ਕਿਸੇ ਨੂੰ ਗਵਾਇਆ ਸੀ ਤੁਹਾਡਾ ਸਾਰਿਆਂ ਦਾ ਸੁਪਨਾ ਹੈ ਕਿ ਸਾਡਾ ਭਾਰਤ ਵੀ ਇੱਕ ਵਿਕਸਿਤ ਦੇਸ਼ ਬਣੇ ਜੋ ਸੁਪਨਾ ਤੁਹਾਡੇ ਦਿਲ ਵਿੱਚ ਹੈ ਉਹ ਮੇਰੇ ਦਿਲ ਵਿੱਚ ਵੀ ਹੈ ਇਸ ਮੌਕੇ ਸਿਡਨੀ ਵਿੱਚ ਕਮਿਊਨਿਟੀ ਇਵੈਂਟ ਵਿੱਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨਸ ਨੇ ਪੀਐਮ ਮੋਦੀ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਪਿਛਲੀ ਵਾਰ ਮੈਂ ਇਸ ਮੰਚ ਤੇ ਬਰੂਸ ਸਪ੍ਰਿੰਕਿੰਗ ਨੂੰ ਵੇਖਿਆ ਸੀ ਪਰ ਉਹਨਾਂ ਨੂੰ ਉਸ ਤਰ੍ਹਾਂ ਦਾ ਸਵਾਗਤ ਨਹੀਂ ਮਿਲਿਆ ਜਿਸ ਤਰ੍ਹਾਂ ਦਾ ਸਵਾਗਤ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਿਆ ਪ੍ਰਧਾਨ ਮੰਤਰੀ ਮੋਦੀ ਨੇ ਬੋਸ ਉਹਨਾਂ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨਸ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਆਸਟ੍ਰੇਲੀਆ ਦਾ ਵਿੱਚ ਸਵਾਗਤ ਕਰਕੇ ਮੈਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ ਪ੍ਰਧਾਨ ਮੰਤਰੀ ਦੇ ਦੌਰੇ ਤੇ ਮੇਰਾ ਪਹਿਲਾ ਸਾਲ ਹੈ ਜਿਸ ਦਾ ਮੈਂ ਅੱਜ ਜਸ਼ਨ ਮਨਾ ਰਿਹਾ ਹਾਂ ਮੈਂ ਆਪਣੇ ਦੋਸਤ ਪੀਐਮ ਨੂੰ 6 ਵਾਰ ਮਿਲਿਆ ਹਾਂ ਪਰ ਉਹਨਾਂ ਦੇ ਨਾਲ ਇਸ ਤਰ੍ਹਾਂ ਮੰਚ ਤੇ ਖੜੇ ਹੋਣ ਤੋਂ ਵਧੀਆ ਹੋਰ ਕੋਈ ਨਹੀਂ ਇੱਥੇ ਪੀਐਮ ਮੋਦੀ ਦਾ ਸਵਾਗਤ ਕਰਨਾ ਖੁਸ਼ੀ ਦੀ ਗੱਲ ਹੈ ਪਰ ਮੈਨੂੰ ਇਹ ਕਹਿਣਾ ਹੈ ਕਿ ਅੱਜ ਰਾਤ ਇੱਥੇ ਨਿਗ ਅਤੇ ਊਰਜਾ ਕਿਸੇ ਤੋਂ ਪਿੱਛੇ ਨਹੀਂ ਹੈ ਆਈ ਵਾਂਟ ਟੂ ਸੇ ਥੈਂਕ ਯੂ ਯੂ ਹੈਵ ਬਰਾਉਟ ਦ ਸਪਿਰਟ ਆਫ ਦ ਵਰਲਡਸ ਬਿਗੇਸਟ ਡੈਮੋਕ੍ਰੇਸੀ ਟੂ ਆਸਟ੍ਰੇਲੀਆ ਐਂਡ ਯੂ ਹੈਵ ਹੈਲਪਡ ਮੇਕ ਆਰ ਡੈਮੋਕ੍ਰੇਸੀ ਸਟਰੋਂਗਰ ਐਂਡ ਮੋਰ ਇਨਕਲੂਸਿਵ You've strengthened Australian society, bringing our country the benefits and riches of such a beautiful and diverse culture. And I'm so proud that you have made Australia your home, that you see your life and your future here. Bharat aur Australia ke और जानते हैं इन सारे समंदों का सबसे बड़ा आधार क्या है जानते हैं